ਉਗਾਤਾ ਉਸਤੇ ਕਮੇਟੀ ਵੱਲੋਂ ਚਲਾਨ ਕੀਤਾ ਜਾਵੇਗਾ। ਅੱਜ ਜੇਕਰ ਵੀਰ ਕੋਲੇ ਕਿਸੇ ਕੋਲੇ ਲਿਫਾਫੇ ਪਲਾਸਟਿਕ ਦੀਆਂ ਬੋਤਲਾਂ ਥਰਮੋਕੋਲ ਜਾਂ ਡਿਸਪੋਜ਼ਲ ਗਲਾਸ ਪਲੇਟਾਂ ਪਈਆਂ ਨੇ ਤਾਂ ਉਹ ਕਮੇਟੀ ਵਿਖੇ ਜਮ੍ਹਾਂ ਕਰਵਾ ਸਕਦਾ ਗਾ। ਅੱਜ ਦੀ ਤਰੀਕ 'ਚ ਕਿਸੇ ਦਾ ਕੋਈ ਚਲਾਨ ਜੁਰਮਾਨਾ ਨਹੀਂ ਕੀਤਾ ਜਾਊਗਾ, ਪਰ ਅੱਜ ਤੋਂ ਬਾਅਦ 2 ਤਰੀਕ ਤੋਂ ਬਾਅਦ ਜੇ ਕਿਸੇ ਦੁਕਾਨਦਾਰ ਵੀਰ ਕੋਲੇ ਪਲਾਸਟਿਕ ਦੀ ਬੋਤਲਾਂ ਲਿਫਾਫੇ ਡਿਸਪੋਜ਼ਲ ਜਾਂ ਥਰਮੋਕੋਲ ਪਾਇਆ ਜਾਂਦਾ ਤਾਂ ਪਹਿਲੀ ਵਾਰ 'ਚ ਉਸਨੂੰ 2000 ਜੁਰਮਾਨਾ ਦਿੱਤਾ ਜਾਵੇਗਾ। ਜੇਕਰ ਦੂਜੀ ਵਾਰ ਵੀ ਉਸੇ ਦੁਕਾਨ 'ਤੇ ਲਿਫਾਫੇ ਪਲਾਸਟਿਕ ਦੀਆਂ ਬੋਤਲਾਂ ਡਿਸਪੋਜ਼ਲ ਥਰਮੋਕੋਲ ਪਾਇਆ ਜਾਂਦਾ ਤਾਂ ਉਸਨੂੰ 4000 ਰੁਪਏ ਦੂਜੀ ਵਾਰ 4000 ਰੁਪਏ ਜੁਰਮਾਨਾ ਦਿੱਤਾ ਜਾਵੇਗਾ। ਇਸ ਕਰਕੇ ਸਾਰੇ ਜੋੜਸੰਤਾ ਨਗਰ ਨਿਵਾਸੀਆਂ ਨੂੰ ਬੇਨਤੀ ਆ ਦੁਕਾਨਦਾਰ ਵੀਰਾਂ ਨੂੰ ਵੀ ਅੱਜ ਤੋਂ ਬਾਅਦ ਮਿਤੀ 2 ਅਕਤੂਬਰ 2019 ਤੋਂ ਬਾਅਦ ਲਿਫਾਫੇ ਪਲਾਸਟਿਕ ਦੀਆਂ ਬੋਤਲਾਂ ਥਰਮੋਕੋਲ ਡਿਸਪੋਜ਼ਲ ਗਲਾਸ ਡਿਸਪੋਜ਼ਲ ਪਲੇਟਾਂ ਆਪਣੀ ਦੁਕਾਨ 'ਤੇ ਨਾ ਹੀ ਰੱਖੂਗਾ ਅਤੇ ਨਾ ਹੀ ਵੇਚੂਗਾ। ਜੇਕਰ ਕਿਸੇ ਦੁਕਾਨਦਾਰ ਵੀਰ ਕੋਲੇ ਅੱਜ ਤੋਂ ਬਾਅਦ ਲਿਫਾਫੇ ਪਲਾਸਟਿਕ ਦੀਆਂ ਬੋਤਲਾਂ ਡਿਸਪੋਜ਼ਲ ਗਲਾਸ ਥਰਮੋਕੋਲ ਪਲੇਟਾਂ ਪਾਈਆਂ ਜਾਂਦੀਆਂ ਤਾਂ ਉਸਨੂੰ ਕਮੇਟੀ ਵੱਲੋਂ ਉਸਦਾ ਚਲਾਨ ਕੀਤਾ ਜਾਵੇਗਾ। ਜੇਕਰ ਪਹਿਲੀ ਵਾਰ ਪਾਈਆਂ ਜਾਂਦੀਆਂ ਤਾਂ ਉਹਦਾ 2000 ਰੁਪਏ ਚਲਾਨ ਹੋਏਗਾ ਅਤੇ ਦੂਸਰੀ ਵਾਰ 4000 ਰੁਪਏ ਦਾ ਉਸ ਤੋਂ ਜੁਰਮਾਨਾ।